अक्सर ही पंजाब पुलिस अपने गलत रवैये और कई कारनामों के कारण सुर्खियों में रहती है, और अक्सर ही आपने सुना भी होगा कि पंजाब पुलिस की ओर से गरीब लोगों के साथ दुर्व्यवहार भी किया जाता है। लेकिन अब पंजाब पुलिस के थाना मुखी की ओर से अपने ही पुलिस स्टेशन के एएसआई के साथ दुर्व्यवहार करने का मामला सामने आया है, जिसके बाद एएसआई भगवान सिंह की ओर से एक अखबार में खबर भी लगाई गई, जिसमें उसने लिखा है कि वे अमृतसर के कोतवाली थाना के मुखी गुरमीत सिंह को गोली मारकर खुद आत्महत्या कर लेगा। जब इस संबंध में हमने एएसआई भगवान सिंह से बात की तो उसने बताया कि जब वे अपनी ड्यूटी के लिए अपने घर से थाना कोतवाली के पास पहुंचे तो एसएचओ की ओर से उसके साथ किसी बात को लेकर कहासुनी हो गई। जब एएसआई की ओर से कहासुनी हो रही थी, तभी एएसआई भगवान सिंह के गांव के एक व्यक्ति भी उनके पास खड़ा था, जिससे कि एएसआई भगवान सिंह को लगा कि मेरे गांव के व्यक्ति के सामने थाना मुखी गुरमीत सिंह की ओर से मुझे जलील किया जा रहा है, जिसके बाद एएसआई भगवान सिंह की ओर से अमृतसर के पुलिस कमिश्नर को फोन कर बताया गया कि वे आत्महत्या करने जा रहे हैं, क्योंकि उन्हें थाना मुखी गुरमीत सिंह की ओर से काफी तंग परेशान किया जा रहा है। जिसके बाद अमृतसर पुलिस कमिश्नर ने तुरंत हरकत में आकर एएसआई भगवान सिंह की वहां से बदली कर एसएचओ गुरमीत सिंह पर इंक्वायरी खोल दी। वहीं एएसआई भगवान सिंह ने यह भी बात बताई कि यह एसएचओ गुरमीत सिंह इससे पहले पूर्व डीजीपी एसके शर्मा का गाड़ी का ड्राइवर हुआ करता था, जिसकी सिफारिश पर ही इसे एसएचओ लगाया गया है और एसएचओ के काम के बारे में इसे कोई भी जानकारी नहीं है। ਭਰਾਵਾਂ ਦੇ ਢਾਬੇ 'ਤੇ ਮੇਰੀ ਡਿਊਟੀ ਲੱਗੀ ਹੋਈ ਸੀ। ਮੈਂ ਹੈਰੀਟੇਜ ਵਾਕ ਅੰਮ੍ਰਿਤਸਰ ਵਿੱਚ ਡਿਊਟੀ ਕਰਦਾ ਵਾਂ, ਅੰਮ੍ਰਿਤਸਰ 'ਚ, ਅਤੇ ਉਹ ਹੈਰੀਟੇਜ ਵਾਕ ਥਾਣਾ ਕੋਤਵਾਲੀ ਦੇ ਅੰਡਰ ਚੱਲਦਾ, ਅਤੇ ਇਹ ਐੱਸ ਐੱਚ ਓ ਸਾਹਿਬ ਉੱਥੇ ਚੌਂਕ ਵਿੱਚ ਖੜ੍ਹੇ ਹੋਏ ਸੀ ਸਰਕਾਰੀ ਗੱਡੀ ਲੈ ਕੇ, ਔਨ ਡਿਊਟੀ ਸੀ। ਅਤੇ ਜਦੋਂ ਮੈਂ ਉੱਥੇ ਚੌਂਕ ਵਿੱਚ ਆਇਆ ਕੋਈ 8 ਵਜਣ ਤੋਂ 5 ਮਿੰਟ ਪਹਿਲਾਂ, ਮੈਂ ਆਪਦੇ ਪਿੰਡੋਂ, ਮੇਰਾ 25-30 ਕਿਲੋਮੀਟਰ 'ਤੇ ਪਿੰਡ ਆ, ਪਿੰਡ 'ਚ ਗਾਵਾਂ, ਉੱਥੋਂ ਮੈਂ ਰੋਜ਼ ਆਪਣੇ ਕਾਰ ਤੋਂ ਆਉਣਾ, ਅਪ ਡਾਊਨ ਕਰਦਾ ਵਾਂ। ਜਦੋਂ ਮੈਂ ਆਪਣੀ ਗੱਡੀ 'ਤੇ ਆਇਆ ਅਤੇ ਇਹਨਾਂ ਨੇ ਨਾ ਮੇਰੀ ਗੱਡੀ ਨੂੰ ਉੱਥੇ ਭਰਾਵਾਂ ਦੇ ਢਾਬੇ 'ਤੇ ਹੱਥ ਦੇ ਕੇ ਰੋਕਿਆ, ਅਤੇ ਮੈਂ ਸਰ ਕੀ ਹੋ ਗਿਆ, ਮੈਂ ਬਾਹਰ ਨਿਕਲ ਕੇ ਮੈਂ ਸਲੂਟ ਮਾਰਿਆ। ਕਹਿੰਦੇ ਕਿ ਉਹ ਭਾਈ ਗੁਰਦਾਸ ਹਾਲ ਦੇ ਬਾਹਰ ਨਾ ਕੋਈ 3 ਬੈਠੇ ਆ, ਵਿਅਕਤੀ ਕੌਣ ਆ ਵੇਖ ਕੇ ਆਓ। ਮੈਂ ਜਿਹੜੇ ਵੇਖਣ ਗਿਆ ਅਤੇ ਉਹ ਨਾ ਆਈ ਆਰ ਬੀ ਦੇ ਮੁਲਾਜ਼ਮ ਸੀ, ਅਤੇ ਉਹ ਮੈਨੂੰ ਵੇਖ ਕੇ ਅਤੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹਨੂੰ ਐੱਸ ਐੱਚ ਓ ਨੇ ਘੱਲਿਆ, ਅਤੇ ਉਹ ਭੱਜ ਗਏ ਡਰਦੇ ਨੱਠ ਕੇ। ਤਾਂ ਅਤੇ ਇੰਨੇ ਚਿਰ ਨਾ ਇੱਕ ਮੇਰੇ ਪਿੰਡ ਦਾ ਕੁਲਦੀਪ ਸਿੰਘ ਜੇਈ ਆ ਬਿਜਲੀ ਬੋਰਡ ਦੇ ਵਿੱਚ, ਉਹ ਵੈਸੇ ਰੂਟੀਨ ਵਿੱਚ ਆਇਆ ਅਤੇ ਮੇਰੇ ਲਾਗੇ ਆ ਕੇ ਉਹਨੇ ਮੋਟਰਸਾਈਕਲ ਖਿਲਾਰਤਾ, ਅਤੇ ਅਜੇ ਮੇਰੇ ਨਾਲ ਉਹ ਗੱਲ ਹੀ ਕਰਨ ਡਿਆ ਸੀ। ਮੈਨੂੰ ਕਹਿੰਦਾ ਕੌਣ ਹੈ, ਮੈਂ ਹਜੇ ਮੇਰੇ ਪਿੰਡ ਦਾ ਜੇਈ ਆ। ਇਹਨੇ ਉਸੇ ਵੇਲੇ ਇੱਕ ਨਾ ਸਬ ਇੰਸਪੈਕਟਰ ਲੜਕੀ ਸੀ ਪ੍ਰੋਬੇਸ਼ਨਰ, ਉਹਨੂੰ ਪ੍ਰੈਸ਼ਰ ਪਾ ਕੇ ਉਹਨੂੰ ਕਹਿੰਦਾ ਕਿ ਇਹਦਾ ਚਲਾਨ ਕੱਟ ਦੇ, ਮੋਟਰਸਾਈਕਲ ਮੋਬਾਈਲ ਇਹਦਾ ਬਾਉਂਡ ਕਰ ਦੇ, ਇਹਨੇ ਬਾਉਂਡ ਕਰ ਦਿੱਤਾ। ਅਤੇ ਮੈਂ ਜਦੋਂ ਕਿਹਾ, ਮੈਂ ਸਰ ਮੇਰੇ ਪਿੰਡ ਦੇ, ਮੇਰੀ ਇਸ ਗੱਲ 'ਚ ਇਨਸਲਟ ਆ ਅਤੇ ਨਾ ਕਰੋ, ਇਹ ਕਹਿੰਦਾ ਤੇਰੀ ਵੀ ਗੱਡੀ ਬਾਉਂਡ ਕਰ ਦੇਣੀ ਆ, ਤੇਰੀ ਕਾਰ ਬਾਉਂਡ ਕਰ ਦੇਣੀ ਮੈਂ। ਫਿਰ ਮੈਂ ਮਤਲਬ ਸਮਝਿਆ ਕਿ ਚੁੱਪ ਰਹਿਣਾ ਹੀ ਠੀਕ ਆ। ਇਹਨੇ ਡਰਿੰਕ ਕੀਤੀ ਹੋਈ ਸੀ, ਇਹਦਾ ਰੰਗ ਲਾਲ ਹੋਇਆ ਸੀ, ਮਾਸਕ ਪਹਿਨਿਆ ਸੀ, ਇਹਦਾ ਰੰਗ ਲਾਲ ਹੋਇਆ ਸੀ, ਡਰਿੰਕ ਕੀਤੀ ਹੋਈ ਸੀ, ਅਤੇ ਇਹਨੇ ਮੈਨੂੰ ਲੜਕੀਆਂ ਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਤਾਂ ਮੈਂ ਉੱਥੋਂ ਫਿਰ ਖਿਸਕ ਗਿਆ ਜੀ, ਉੱਥੋਂ ਮੈਂ ਵੀ ਖਿਸਕਣਾ ਹੀ ਠੀਕ ਆ, ਜੇ ਮੈਂ ਇਹਦੇ ਅੱਗੇ ਬੋਲਿਆ ਤਾਂ ਇਹ ਮੇਰਾ ਸੀਨੀਅਰ ਆ, ਇਹ ਮੇਰੇ ਖਿਲਾਫ ਲਿਖ ਕੇ ਭੇਜ ਦੂਗਾ, ਅਫਸਰਾਂ ਨੇ ਇਹਦੀ ਸੁਣਨੀ, ਮੇਰੀ ਨਹੀਂ ਫਿਰ ਸੁਣਨੀ। ਫਿਰ ਮੈਂ ਉੱਥੋਂ ਚਲੇ ਗਿਆ। ਕੁਝ ਚਿਰ ਬਾਅਦ, 1/2 ਘੰਟੇ ਬਾਅਦ, ਮੈਨੂੰ ਸਾਰੇ ਮੁਲਾਜ਼ਮਾਂ ਨੇ ਫੋਨ ਕੀਤੇ ਵੀ ਐੱਸ ਐੱਚ ਓ ਗੱਡੀ ਲੈ ਕੇ ਸਰਕਾਰੀ ਆਪਣੇ ਘਰ ਨੂੰ ਚਲੇ ਗਿਆ, ਕੋਈ 9:15 ਵਜੇ ਦੇ ਕਰੀਬ। ਇਹ ਰੋਜ਼ ਹੀ ਸਰਕਾਰੀ ਗੱਡੀ ਆਪਣੇ ਘਰ ਨੂੰ ਲੈ ਜਾਂਦਾ, ਅਤੇ ਜਿਹੜਾ ਐਡੀਸ਼ਨਲ ਐੱਸ ਐੱਚ ਓ ਆ ਜਾਂ ਕਿਸੇ ਨੇ ਚੈਕਿੰਗ ਕਰਨੀ ਹੋਵੇ ਅਫਸਰ ਨੇ, ਤਾਂ ਉਹਨੂੰ ਆਪਣੇ ਪ੍ਰਾਈਵੇਟ ਵਹੀਕਲ 'ਤੇ ਜਾਣਾ ਪੈਂਦਾ, ਇਹ ਸਰਕਾਰੀ ਗੱਡੀ ਆਪਣੇ ਘਰ ਲੈ ਜਾਂਦਾ, ਇੱਕ ਇਹ ਵੀ ਇਹ ਕਾਨੂੰਨ ਦੀ ਉਲੰਘਣਾ ਕਰਦਾ। ਫਿਰ ਉਦੋਂ ਬਾਅਦ ਵਿੱਚ ਮੈਂ ਆਇਆ, ਸਾਰੇ ਮੁਲਾਜ਼ਮਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆ, ਤੈਨੂੰ ਇਹਨੇ ਗਾਲਾਂ ਕੱਢੀਆਂ, ਤੈਨੂੰ ਇਕੱਲੇ ਨੂੰ ਨਹੀਂ ਕੱਢਦਾ, ਸਾਨੂੰ ਸਾਰਿਆਂ ਨੂੰ ਹੀ ਕੱਢਦਾ, ਸਾਰੇ ਹੀ ਮੁਲਾਜ਼ਮ ਇਹ ਤੋਂ ਦੁਖੀ ਆ, ਸਾਡੀ ਅੰਮ੍ਰਿਤਸਰ ਦੀ ਪੁਲਿਸ ਸਾਰੀ ਜਿਹੜੀ ਆ ਸਾਰੀ ਹੀ ਇਹ ਤੋਂ ਦੁਖੀ ਆ। ਜਿੱਥੇ ਜਿੱਥੇ ਵੀ ਇਹਨੇ ਡਿਊਟੀ ਕੀਤੀ ਆ, ਉੱਥੇ ਉੱਥੇ ਸਾਰੇ ਮੁਲਾਜ਼ਮ ਜਿਹੜੇ ਆ ਇਹਨੇ ਸਾਰਿਆਂ ਦੀ ਇਨਸਲਟ ਕਰਨ ਦੀ ਇਹਨੂੰ ਇੱਕ ਆਦਤ ਪਈ ਹੋਈ ਆ, ਅਤੇ ਅਫਸਰਾਂ ਨੂੰ ਇਹ ਸ਼ੋਅ ਕਰਦਾ ਕਿ ਮੈਂ ਰਿਸ਼ਵਤ ਨਹੀਂ ਲੈਂਦਾ। ਗੋਲੀ ਮਾਰਨ ਦੀ ਉਹ ਗੱਲ ਕਿਉਂ ਆਣ ਪਈ? ਉਹ ਸਰ ਮੈਂ ਇੱਦਾਂ ਕਿ ਮੈਂ ਇੱਕ ਅਣਖੀ ਪਰਿਵਾਰ ਨਾਲ ਸੰਬੰਧ ਰੱਖਦਾ, ਅਤੇ ਮੈਂ ਅੱਜ ਤੱਕ ਮੈਨੂੰ ਕਦੀ ਮੇਰੇ ਮਾਂ ਪਿਓ ਨੇ ਵੀ ਨਹੀਂ ਗੱਲ ਕੱਢੀ, ਤਾਂ ਸਾਡੇ ਇਲਾਕੇ ਵਿੱਚ ਵੀ ਸਾਡਾ ਮਤਲਬ ਬਹੁਤ ਇੱਕ ਸਤਿਕਾਰਯੋਗ ਪਰਿਵਾਰ ਆ, ਸਾਨੂੰ ਕੋਈ ਗਾਲ ਨਹੀਂ ਕੱਢਦਾ, ਨਾ ਹੀ ਅਸੀਂ ਕਿਸੇ ਨੂੰ ਕੱਢਦੇ, ਹਰ ਇੱਕ ਨੂੰ ਜੀ ਕਹਿੰਦੇ ਹਾਂ ਅਤੇ ਹਰ ਕੋਈ ਸਾਨੂੰ ਜੀ ਕਹਿੰਦਾ, ਔਰ ਨਾ ਹੀ ਕੋਈ ਰਿਸ਼ਵਤ ਲੈਂਦੇ ਹਾਂ, ਮਹਿਕਮੇ ਇਮਾਨਦਾਰੀ ਨਾਲ ਡਿਊਟੀ ਕਰਦੇ ਹਾਂ। ਅਤੇ ਜਦੋਂ ਇਹਨੇ ਮੈਨੂੰ ਲੜਕੀਆਂ ਦੀਆਂ ਗਾਲਾਂ ਕੱਢੀਆਂ, ਤਾਂ ਮੇਰਾ ਜੀ ਕਰੇ ਕਿ ਮੈਂ ਹੁਣ ਆਪਣੇ ਆਪ ਨੂੰ ਗੋਲੀ ਮਾਰ ਲਾਂ ਜਾਂ ਇਹਨੂੰ ਮਾਰਦਾ।
मेरा इस करके इन्ना मैं गुस्सा आ गया कि यहोजी महकमे में नौकरी करन दी इहोजी अफसर के कोल नौकरी करन दा की फायदा ਇਹ ਤਾਂ ਨੌਕਰੀ ਮੈਂ ਰਿਜਾਇਨ ਦੇਣ ਨੂੰ ਤਿਆਰ ਹੋ ਗਿਆ ਸੀ। ਤੁਸੀਂ ਆਪਣੇ ਕਿਸੇ ਸੀਨੀਅਰ ਅਧਿਕਾਰੀਆਂ ਨੂੰ ਇਹਦੇ ਬਾਰੇ ਲਿਖਤੀ ਸ਼ਿਕਾਇਤ ਦਿੱਤੀ ਹੈ ਜਿੱਦਾਂ ਦਰਜਾ ਨੇ ਦਿੱਤੀ ਹੈ ਜੀ? ਹਾਂਜੀ ਉਸ ਵਕਤ ਤਾਂ ਨਹੀਂ ਮੈਂ ਦਿੱਤੀ, ਉਸ ਵਕਤ ਇਹਨਾਂ ਮੇਰਾ ਸਿਕੰਦਰੀ ਗੇਟ ਨਾਕਾ ਲਾਤਾ ਰਾਤ ਸ਼ਾਮਾਂ ਦੇ 8 ਵਜੇ ਤੋਂ ਲੈ ਕੇ ਸਵੇਰ ਦੇ 8 ਵਜੇ ਤੱਕ ਮੈਂ ਉਹ ਸਿਕੰਦਰੀ ਗੇਟ ਨਾਕਾ ਕੀਤਾ। ਫਿਰ 8 ਵਜੇ ਮੈਂ ਉੱਥੋਂ ਚਗਾਵਾਂ ਪਿੰਡ ਆਪਣੇ ਚਲੇ ਗਿਆ 25 ਕਿਲੋਮੀਟਰ 'ਤੇ ਕਾਰ 'ਤੇ, ਕੋਈ 9 ਵਜੇ ਦੇ ਕਰੀਬ। ਮੈਂ ਬਹੁਤ ਡਿਸਟਰਬ ਸੀ, ਫਿਰ ਮੈਂ ਉੱਠ ਕੇ ਅਤੇ ਸੋਚਿਆ ਕਿ ਮੈਂ ਆਤਮ ਹੱਤਿਆ ਕਰ ਲਵਾਂ, ਕਿਉਂਕਿ ਮੇਰੇ ਪਿੰਡ ਦਾ ਉਹ ਜਈ ਸੀ ਅਤੇ ਉਹਨੇ ਸਾਰੇ ਪਿੰਡ ਵਿੱਚ ਇਲਾਕੇ 'ਚ ਲਾਲਾ ਲਾਲਾ ਕਰਨੀ ਸੀ ਵੀ ਇਹਦੀ ਥਾਣੇਦਾਰ SHO ਨੇ ਇਹਦੀ ਥਾਣੇਦਾਰ ਦੀ ਬੇਇੱਜ਼ਤੀ ਕੀਤੀ ਆ। ਮੈਂ ਉਹ ਅਨਸੈਲਟ ਜਿਹੜੀ ਸੀ ਨਾ ਬਰਦਾਸ਼ਤ ਨਹੀਂ ਸੀ ਕਰ ਸਕਦਾ। ਫਿਰ ਮੈਂ ਆਤਮ ਹੱਤਿਆ ਕਰਨ ਤੋਂ ਪਹਿਲਾਂ ਕਮਿਸ਼ਨਰ ਸਾਹਿਬ ਨੂੰ 97-811-30-101 'ਤੇ ਫੋਨ ਕਰਨਾ ਉਚਿਤ ਸਮਝਿਆ, ਸਰਕਾਰੀ ਨੰਬਰ 'ਤੇ। ਜਦੋਂ ਮੈਂ ਫੋਨ ਕੀਤਾ ਤਾਂ ਉਹਨਾਂ ਦੇ PSO ਮਹਿੰਦਰਪਾਲ ਸਿੰਘ ਆ, ਉਹਨਾਂ ਨੇ ਫੋਨ ਅਟੈਂਡ ਕੀਤਾ ਅਤੇ ਉਹਨਾਂ ਨੇ ਬਹੁਤ ਵਧੀਆ ਮੈਨੂੰ ਰਿਸਪੋਂਸ ਦਿੱਤਾ। ਉਹਨਾਂ ਕਿਹਾ ਕਿ ਰੁਕ ਜਾ, ਅਸੀਂ ਸਾਹਿਬ ਨਾਲ ਗੱਲ ਕਰਦੇ ਹਾਂ, ਆਤਮ ਹੱਤਿਆ ਨਾ ਕਰੀ। ਫਿਰ ਉਹਨਾਂ ਨੇ ਸਾਹਿਬ ਨਾਲ ਗੱਲ ਕੀਤੀ, ਸਾਹਿਬ ਨੇ ਫਿਰ DCP ਭੁੱਲਰ ਸਾਹਿਬ, ਮੁਖਵਿੰਦਰ ਸਿੰਘ ਭੁੱਲਰ, ਡਿਟੈਕਟਿਵ DSP ਡਿਟੈਕਟਿਵ, ਉਹਨਾਂ ਨੂੰ ਉਹਨਾਂ ਨੇ ਸੰਪਰਕ ਕੀਤਾ ਅਤੇ ਉਹਨਾਂ ਦੇ ਲੀਡਰ ਸਰਬਜੀਤ ਸਿੰਘ ਦਾ ਮੈਨੂੰ ਫੋਨ ਆਇਆ, ਕੋਈ 2-3 ਮਿੰਟ ਵਿੱਚ ਹੀ ਆ ਗਿਆ। ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਆਹ ਨੰਬਰ ਹੈ ਸਾਹਿਬ ਦਾ, ਅਤੇ ਸਾਹਿਬ ਨਾਲ DCP ਸਾਹਿਬ ਨਾਲ ਮੁਖਵਿੰਦਰ ਸਿੰਘ ਭੁੱਲਰ ਨਾਲ ਸੰਪਰਕ ਕਰੋ, ਫੋਨ ਕਰੋ ਉਹਨਾਂ ਨੂੰ। ਫਿਰ ਮੈਂ ਜਦੋਂ ਉਹਨਾਂ ਨੂੰ ਫੋਨ ਕੀਤਾ ਤਾਂ ਉਹਨਾਂ ਕਿਹਾ ਕਿ ਬੇਟਾ ਆਤਮ ਹੱਤਿਆ ਨਹੀਂ ਕਰਨੀ, ਤੂੰ ਮੇਰੀ ਕੋਠੀ ਆ ਜਾ ਇੱਥੇ ਅਤੇ ਤੇਰੇ ਸਾਰੇ ਮਸਲੇ ਹੱਲ ਕਰ ਦੇਣੇ। ਮੈਂ ਹਜੇ ਸੱਤ ਬਚਣਾ, ਠੀਕ ਆ। ਫਿਰ ਮੈਂ ਨਹਾ ਕੇ ਵਰਦੀ ਪਾ ਕੇ ਤਾਂ ਭੁੱਲਰ ਸਾਹਿਬ ਦੀ ਕੋਠੀ ਚਲੇ ਗਿਆ, ਔਰ ਉਹਨਾਂ ਨੇ ਮੈਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਮਤਲਬ ਸਮਝਾਇਆ ਕਿ ਬੇਟਾ ਆਤਮ ਹੱਤਿਆ ਕਰਨੀ ਇੱਕ ਬੋਝ ਦਿੱਲੀ ਹੁੰਦੀ ਆ, ਪੁਲਿਸ ਅਫਸਰ ਨੂੰ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ। ਤਾਂ ਫਿਰ ਮੈਨੂੰ ਕਹਿੰਦੇ ਕਿ ਤੂੰ ਹੁਣ ਉਸ ਥਾਣੇ ਨਹੀਂ ਜਾਣਾ, ਤੂੰ ਛਿਹਾਟੇ ਥਾਣੇ ਵਿੱਚ ਜਾ ਕੇ ਆਪਣੀ ਹਾਜ਼ਰੀ ਪਾ ਲਾ, ਅਤੇ ਹੁਣ ਮੈਂ ਛਿਹਾਟੇ ਥਾਣੇ ਵਿੱਚ ਡਿਊਟੀ ਕਰ ਰਿਹਾ। ਤੁਹਾਡੀ ਛਿਹਾਟੇ ਥਾਣੇ 'ਚ ਡਿਊਟੀ ਲੱਗੀ, ਤੁਸੀਂ ਸੈਟੀਸਫਾਈਜ਼ ਹੈ ਹੁਣ ਡਿਊਟੀ ਤੋਂ? ਬਿਲਕੁਲ ਜੀ ਬਿਲਕੁਲ, ਉੱਥੇ SHO ਲੱਗੇ ਨੇ ਮੈਡਮ ਰਾਜਵਿੰਦਰ ਕੌਰ, ਉਹ ਇੱਕ ਰੱਬ ਦਾ ਰੂਪ ਨੇ, ਸਾਰੇ ਮੁਲਾਜ਼ਮ ਬੜੇ ਖੁਸ਼ ਹੋ ਕੇ ਉੱਥੇ ਡਿਊਟੀ ਕਰਦੇ ਆ, ਔਰ ਮੈਂ ਵੀ ਬਹੁਤ ਖੁਸ਼ ਹੋ ਕੇ ਉੱਥੇ ਡਿਊਟੀ ਕਰ ਰਿਹਾ। ਅਤੇ ਜਿਹੜੇ SHO ਜਿਹੜੇ ਆ ਕੋਤਵਾਲੀ ਥਾਣੇ ਦੇ, ਇਹਨਾਂ ਦੇ ਖਿਲਾਫ਼ ਕੋਈ ਐਕਸ਼ਨ ਨਹੀਂ ਲਿੱਤਾ ਤੁਸੀਂ ਕੋਈ ਹੋਰ? ਨਹੀਂ, ਮੈਂ ਤਾਂ ਉਹੀ ਫੋਨ ਕੀਤਾ ਕਮਿਸ਼ਨਰ ਸਾਹਿਬ ਨੂੰ ਅਤੇ ਉਹਨਾਂ ਨੇ DCP ਸਾਹਿਬ ਨੂੰ ਕੀਤਾ ਅਤੇ DCP ਸਾਹਿਬ ਬਾਕੀ ਪੁਲਿਸ ਅਧਿਕਾਰੀਆਂ ਨਾਲ ਜਾਂ ਕਿੱਦਾਂ ਮੁਲਾਜ਼ਮਾਂ ਦੇ ਨਾਲ ਵਤੀਰਾ ਕਿਹੋ ਜਿਹਾ? ਮੁਲਾਜ਼ਮਾਂ ਨਾਲ ਇਹਨਾਂ ਦਾ ਵਤੀਰਾ ਬਹੁਤ ਹੀ ਮਾੜਾ ਹੈ। ਇਹ ਜਦੋਂ ਵੀ ਥਾਣੇ ਆਉਂਦੇ, ਜਿਹੜਾ ਵੀ ਮੁਲਾਜ਼ਮ ਮਿਲਦਾ ਇਹਨਾਂ ਨੂੰ ਵਰਦੀਧਾਰੀ, ਕੋਈ ਵੀ ਰਿੰਕ ਦਾ ਹੋਵੇ, ਭਾਵੇਂ ਸਬ ਇੰਸਪੈਕਟਰ ਹੋਵੇ, ਭਾਵੇਂ ਸਿਪਾਹੀ ਹੋਵੇ, ਭਾਵੇਂ ਹੋਮਗਾਰਡ ਦਾ ਹੋਵੇ, ਭਾਵੇਂ ਥਾਣੇਦਾਰ ਦਾ ਹੋਵੇ, ਇਹ ਸਾਰਿਆਂ ਦੀ ਇੰਨੀ ਕੁ ਜ਼ਿਆਦਾ ਬੇਇੱਜ਼ਤੀ ਕਰਦੇ ਆ ਕਿ ਕੁੱਤੇ ਨੂੰ ਵੀ ਜ਼ਿਆਦਾ ਦਰਕਾਰਦੇ ਮੁਲਾਜ਼ਮ ਨੂੰ, ਇੰਨੀ ਬੇਇੱਜ਼ਤੀ ਕਰਦੇ ਆ। ਤੁਸੀਂ ਕੀ ਡਿਮਾਂਡ ਕਰਦੇ ਇਹਦੇ ਖਿਲਾਫ਼? ਰਿਪੋਰਟਾਂ ਵਾਲੀ ਗੱਲ ਕਰੋ ਨਾ ਵੀ ਇਹ ਨਾ ਜਿੰਨੇ ਵੀ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਇੱਥੇ ਥਾਣੇ ਕਰਦੇ, ਬੜੇ ਬੜੇ ਵਧੀਆ ਮੁਲਾਜ਼ਮ ਡਿਊਟੀ ਕਰਦੇ ਆ, ਇੱਕ ਪ੍ਰਿਤਪਾਲ ਸਿੰਘ ਸਬ ਇੰਸਪੈਕਟਰ ਸੀਗਾ ਰਿਟਾਇਰਮੈਂਟ 'ਤੇ ਉਹ ਵੀ, ਫਿਰ ਇੱਕ ਗੁਰਚਰਨ ਸਿੰਘ ਸੀਗਾ ਬਹੁਤ ਵਧੀਆ ਇਮਾਨਦਾਰ ਡਿਊਟੀ ਕਰਦਾ ਅੰਮ੍ਰਿਤਧਾਰੀ ਸੀਗਾ, ਫਿਰ ਇੱਕ ਕਾਰਜ ਸਿੰਘ ਆ ਉਹ ਵੀ ਬਹੁਤ ਵਧੀਆ ਡਿਊਟੀ ਕਰਦਾ। ਇਹਨੇ ਸਾਰਿਆਂ ਦੀਆਂ ਡਿਪਾਰਟਮੈਂਟਾਂ ਇਨਕੁਆਰੀਆਂ ਖੋਲ੍ਹ ਕੇ ਨਜਾਇਜ਼ ਅਤੇ ਉਹਨਾਂ ਨੂੰ ਹਰਾਸਮੈਂਟ ਵਿੱਚ ਕੀਤਾ ਆ। ਇੱਕ ਹਰਦੀਪ ਕੁਮਾਰ ASI ਆ ਗੁਰਦਾਸਪੁਰ ਦਾ, ਉਹਦੀ ਸ਼ੂਗਰ ਘੱਟ ਗਈ ਇੱਕ ਦਿਨ ਉਹ ਗੁਰਦਾਸਪੁਰ ਤੋਂ, ਅਤੇ ਉਹਨੇ ਡਾਕਟਰ ਸਾਹਿਬ ਤੋਂ 5 ਦਿਨ ਦੀ ਰੈਸਟ ਲਈ, ਔਰ ਆ ਕੇ ਜਦੋਂ ਦਫ਼ਤਰ ਵਿੱਚ ਪੇਸ਼ ਹੋਇਆ ਤਾਂ ਉਹਨੇ ਕਿਹਾ ਸਰ ਮੈਂ ਰੈਸਟ ਲਈ ਹੈ ਪਰ ਮੈਂ ਡਿਊਟੀ ਕਰਨੀ ਚਾਹੁੰਦਾ ਕਰੋਨਾ ਵਾਇਰਸ ਚੱਲਦਾ ਕਰਕੇ। ਤਾਂ ਇਹਨੇ ਕਿਹਾ ਕਿ ਤੂੰ ਰਾਤੀ ਕਿਉਂ ਨਹੀਂ ਆਇਆ, ਤੇਰੀ ਗੈਰ ਹਾਜ਼ਰੀ ਲਿਖਤੀ ਆ। ਕਹਿੰਦਾ ਜੀ ਮੈਂ ਹੁਣ ਆ ਗਿਆ, ਮੇਰੀ ਵਾਪਸੀ ਕਰ ਲਓ। ਇਹਨੇ ਹੋਮਗਾਰਡ ਵਾਲੇ ਨੂੰ ਕਿਹਾ ਹਰਦੀਪ ਨੂੰ ਕਿ ਧੱਕੇ ਮਾਰ ਕੇ ਬਾਹਰ ਕੱਢ ਦਿਓ ਉਹਨੂੰ। ਉਹ ਵਿਚਾਰਾ ਇੰਨਾ ਹਰਾਸਮੈਂਟ 'ਚ ਆ ਗਿਆ ਕਿ ਉਹ ਮੋਟਰਸਾਈਕਲ 'ਤੇ ਜਾਂਦਾ ਰਸਤੇ ਵਿੱਚ ਉਹਦਾ ਐਕਸੀਡੈਂਟ ਹੋ ਗਿਆ ਅਤੇ ਉਹਦੇ 3 ਦੰਦ ਹਿੱਲ ਗਏ ਅਗਲੇ ਅਤੇ ਬੁੱਲ ਪਾਟ ਗਏ ਸਾਰੇ ਉਹਦੇ, ਅਤੇ ਉਹ ਆਪਣੇ ਘਰ ਵਿੱਚ ਬੈਠਾ ਹੋਇਆ ਹੁਣ, ਅਤੇ ਇਹ ਇੱਧਰੋਂ ਉਹਨੂੰ ਗੈਰ ਹਾਜ਼ਰ ਚਲਾਉਣ ਡਿਆ। ਕਿ ਇੰਨੀ ਮਨਮਾਨੀ ਕਰ ਰਿਹਾ SHO ਅਤੇ ਇਹਦੇ ਖਿਲਾਫ਼ ਕਾਰਵਾਈ ਕਿਉਂ ਨਹੀਂ ਹੁੰਦੀ? ਕਾਰਵਾਈ ਇਸ ਕਰਕੇ ਨਹੀਂ ਹੁੰਦੀ ਕਿ ਇਹ ਨਾ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ ਸੀਨੀਅਰ ਅਫਸਰ ਹੋਏ ਆ SK ਸ਼ਰਮਾ ਸਾਹਿਬ, ADGP ਸਾਹਿਬ ਰਿਟਾਇਰ ਹੋਏ ਆ, ਇਹ ਉਹਨਾਂ ਦਾ ਡਰਾਈਵਰ ਰਿਹਾ ਅਤੇ ਉਹਨਾਂ ਦੇ ਕਾਗਜ਼ਾਂ ਵਿੱਚ ਇਹ ਬਹੁਤ ਇਮਾਨਦਾਰ ਕਹਾਉਂਦਾ, ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਜ਼ਮੀਨੀ ਪੱਧਰ 'ਤੇ ਕਿ ਇਹ ਕਿੱਦਾਂ ਦਾ ਬੰਦਾ, ਅਤੇ ਉਹਨਾਂ ਦੇ ਹੀ ਸਿਫਾਰਿਸ਼ ਕਰਕੇ SHO ਲੱਗਦਾ। ਅਤੇ ਜੇ ਕੋਈ ਡਿਪਾਰਟਮੈਂਟ ਖਿਲਾਫ਼ ਦੀ ਇਹਦੇ ਖੁੱਲ੍ਹਦੀ ਆ, ਹੁਣ ਵੀ ਇਹਨੇ ਕੋਸ਼ਿਸ਼ ਕਰਨੀ ਉਹਨਾਂ ਦਾ ਫੋਨ ਕਰਾ ਕੇ ਇਸ ਇਨਕੁਆਇਰੀ ਨੂੰ ਰਫਾ ਦਫਾ ਕਰਨ ਦੀ। ਕੀ ਲੱਗਦਾ ਨਹੀਂ ਕਿ ਡਰਾਈਵਰਾਂ ਦੇ ਹੱਥ ਥਾਣਿਆਂ ਦੀ ਕਮਾਂਡ ਦਿੱਤੀ ਜਾਏਗੀ ਅਤੇ ਅੱਗੋਂ ਪੁਲਿਸ ਮੁਲਾਜ਼ਮਾਂ ਨਾਲ ਕਿੱਦਾਂ ਇੱਦਾਂ ਦੀ ਵਤੀਰੇ ਹੁੰਦੇ ਆ? ਭਾਅ ਜੀ ਇਹਨੂੰ SHO ਦਾ ਇੱਕ ਸਮੁੰਦਰ ਜਿੱਡਾ ਦਿਲ ਹੁੰਦਾ, SHO ਇੰਨਾ ਕੁ ਜ਼ਿਆਦਾ ਹੌਸਲੇ ਵਾਲਾ ਅਫਸਰ ਹੁੰਦਾ ਆ ਕਿ ਉਹ ਬੜੀਆਂ ਚੀਜ਼ਾਂ ਬਰਦਾਸ਼ਤ ਕਰ ਸਕਦਾ। ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਉਹਨਾਂ ਨੇ ਤੁਹਾਡੇ ਤੇ ਇਲਜ਼ਾਮ ਲਗਾਏ ਆ, ਉਸ ਚੱਕਰ 'ਚ ਤੁਹਾਡੇ ਵਰਸ਼ਨ ਜ਼ਰੂਰੀ ਸੀ।
ਮਸਲੇ ਇਹੋ ਯਾਰ ਵੀ ਮਹਿਕਮੇ ਦੀ ਕਾਰਵਾਈ ਉਹਨੇ ਇੰਡਸਟਰੀ ਨੂੰ ਕੰਮ ਕੀਤਾ ਸੀ ਅੱਛਾ ਜੀ ਉਹਦੇ ਕਰਕੇ ਜਿਹੜਾ ਉਹਦੇ ਵਰਕ ਸਟਾਫ ਜਿਹੜਾ ਕਾਰਵਾਈ ਕੀਤੀ ਹੈ ਅੱਛਾ ਜੀ ਮਤਲਬ ਇੰਡਸਟਰੀ ਨੇ ਕੰਮ ਕੀਤਾ ਡਿਸਪਲਿਨ ਤੋਂ ਬਾਹਰ ਜਾ ਕੇ ਉਹ ਕੰਮ ਕਰਦਾ ਅੱਛਾ ਉਹਨਾਂ ਦਾ ਕਹਿਣਾ ਸੀ ਕਿ ਤੁਹਾਡੇ ਵੱਲੋਂ ਉਹਨਾਂ ਨੂੰ ਕਈ ਵਾਰੀ ਬੜੀ ਭੱਦੀ ਸ਼ਬਦਾਵਲੀ ਜਿਹੜੀ ਤੁਹਾਡੇ ਤੁਸੀਂ ਉਹਨਾਂ ਨੂੰ ਬੋਲਦੇ ਸੀ ਉਹਦੇ ਕਰਕੇ ਜਿਹੜਾ ਕਿ ਉਹਨਾਂ ਦੀ ਬਦਲੀ ਉਹਨਾਂ ਨੇ ਕਰਵਾਈ ਇੱਥੋਂ ਬਿਲਕੁਲ ਨਹੀਂ ਜੀ ਹਰੀ ਕੋ ਗੱਲ ਆਪਣੇ ਰਿਸ਼ਤੇਦਾਰ ਨੂੰ ਨਾਲ ਲੈ ਕੇ ਲਾਕਡਾਊਨ ਲੰਘਣਾ ਕਰ ਰਿਹਾ ਸੀਗਾ ਅੱਛਾ ਅੱਛਾ ਆਪਣੇ ਰਿਸ਼ਤੇਦਾਰ ਨਾਲ ਲੈ ਕੇ ਲਾਕਡਾਊਨ ਲੰਘਣਾ ਕਰ ਰਿਹਾ ਤੇ ਮੈਂ ਉਹਨਾਂ ਦਾ ਮੋਟਰਸਾਈਕਲ ਬਾਉਂਡ ਕਰਤਾ ਬਸ ਇਹੀ ਦੋ ਤੁਸੀਂ ਕਰ ਦੋ ਦੇਖੋ ਸਾਡੇ ਸਾਡੇ ਮਹਿਕਮੇ ਦਾ ਕੰਮ ਆ ਬੈਟਰੀ ਜੋ ਮਹਿਕਮਾ ਕਰੇਗਾ ਉਹ ਦੇਖ ਕੇ ਭੇਜਤਾ ਇਹਦੇ ਬਾਰੇ ਅੱਛਾ ਜੀ ਇਹਨਾਂ ਤੁਹਾਨੂੰ ਮੈਂ ਦੱਸਦਾ ਵੀ ਇਹ ਲਾਕਡਾਊਨ ਦੀ ਲੰਘਣਾ ਕਰ ਰਿਹਾ ਸੀ ਖੁਦ ਵਰਦੀ ਦੇ ਵਿੱਚ ਆਪਣੇ ਬੰਦੇ ਲੈ ਕੇ ਜਾ ਰਿਹਾ ਸੀ ਦਰਬਾਰ ਸਾਹਿਬ ਨੂੰ ਰਿਸ਼ਤੇਦਾਰ ਇਹਦਾ ਉਹਨਾਂ ਦਾ ਮੈਂ ਮੋਟਰਸਾਈਕਲ ਜਿਹੜਾ ਬਾਉਂਡ ਕਰਤਾ ਅੱਛਾ ਜੀ ਗੱਲ ਤੋਂ ਇਸੇ ਗੱਲ ਤੋਂ ਮੇਰੇ ਨਾਲ ਰੰਜਿਸ਼ ਰੱਖ ਰਿਹਾ ਬਸ ਠੀਕ ਹੈ ਜੀ ਇਸੇ ਗੱਲ ਤੇ ਰੰਜਿਸ਼ ਦੇ ਵਿੱਚ ਉਹਨਾਂ ਨੇ ਹੋਰ ਵੀ ਆਰੋਪ ਲਗਾਏ ਸੀ ਕੋਈ ਕਿ ਤੁਹਾਡੇ ਹੋਰ ਵੀ ਜਿਹੜੇ ਪੁਲਿਸ ਮੁਲਾਜ਼ਮ ਹੈਗੇ ਤੁਸੀਂ ਉਹਨਾਂ ਨਾਲ ਵੀ ਥੋੜੀ ਜਿਹੀ ਬਦਸਲੂਕੀ ਕਰਦੇ ਸੀ ਤੇ ਉਹ ਵੀ ਬੜਾ ਡਿਪਰੈਸ਼ਨ ਚ ਮੈਨੂੰ 1.5 ਸਾਲ ਹੋ ਗਏ ਇੱਥੇ ਲੱਗੇ ਨੂੰ ਕੋਈ ਬਸ ਹਾਂਜੀ ਹਾਂਜੀ ਮੁਲਾਜ਼ਮਾਂ ਨੇ ਕਾਹਦੀ ਬਦਸਲੂਕੀ ਬਾਕੀ ਦੇਖੋ ਜੀ ਮਹਿਕਮਾ ਵਾ ਕੰਮ ਤੇ ਲੈਣਾ ਨਾ ਜੀ ਡਿਊਟੀ ਤੇ ਲੈਣੀ ਨਾ ਇਹਨਾਂ ਕੋਲ ਬਿਲਕੁਲ ਬਿਲਕੁਲ ਜੀ ਡਿਸਪਲਨ ਫੋਰਸ ਹੈ ਨਾ ਜੀ ਠੀਕ ਡਿਸਪਲਨ ਫੋਰਸ ਹੋਣ ਦੇ ਨਾਤੇ ਇਹਨਾਂ ਕੋਲ ਡਿਊਟੀ ਤੇ ਲੈਣੀ ਹੈ ਨਾ ਜੀ ਠੀਕ ਹੈ ਜੀ ਇਹਨਾਂ ਨੂੰ ਕਹਿਣਾ ਤੇ ਪਏਗਾ ਨਾ ਜੀ ਆਪਣੀ ਡਿਊਟੀ ਤੇ ਨਹੀਂ ਆਉਣ ਜਦੋਂ ਤੇ ਚਲੋ ਠੀਕ ਹੈ ਧੰਨਵਾਦ ਜੀ ਜਾਣਕਾਰੀ ਦੇਣ ਲਈ